ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਵੀ ਕਰਿਓ। ਅੱਜ ਇੱਕ ਖਾਸ ਬੇਨਤੀ ਆਪਾਂ ਸਾਂਝੀ ਕਰਨੀ ਹੈ ਪਾਤਸ਼ਾਹ ਮੇਰਾ ਕਰਨਾ। ਗੁਰਮੁਖੋ, ਪੰਜਾਬ ਬਾਰੇ 2023 ਅਤੇ 24 ਦੀ ਇਹ ਗੱਲਬਾਤ, ਇਹ ਭਵਿੱਖਬਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਸਲ ਦੇ ਵਿੱਚ ਕੀ ਹੋਣਾ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਸਾਰਾ ਕਨਸੈਪਟ। ਸੋ ਨਾਲ ਜੁੜਿਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ 'ਤੇ ਜ਼ਰੂਰ ਹੱਥ ਮਾਰ ਲਿਓ ਤਾਂ ਜੋ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ। ਆਓ ਫਤਿਹ ਬੁਲਾਓ, ਆਰੰਭਤਾ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸੁਣਿਆ ਹੀ ਹੈ ਸਮੇਂ ਦੇ ਬਾਰੇ, ਲੋਕਾਂ ਦੇ ਮੂੰਹੋਂ ਸੁਣਿਆ ਹੋਊਗਾ ਤੁਸੀਂ ਕਿ ਸਮਾਂ ਬਹੁਤ ਮਾੜਾ ਆ ਰਿਹਾ, ਸਮਾਂ ਬਹੁਤ ਭਿਆਨਕ ਆ ਰਿਹਾ। ਹੁਣ 2022 ਚੱਲ ਰਿਹਾ, ਅੱਜ ਦੇ ਸਮੇਂ ਦੇ ਜੇ ਹਾਲਾਤਾਂ ਦੀ ਗੱਲ ਕਰੀਏ ਨਾ, ਹਾਲਾਤ ਬਹੁਤ ਮਾੜੇ ਨੇ, ਬਹੁਤ ਭੈੜੇ ਹਾਲਾਤ ਨੇ। ਤੁਸੀਂ ਸੁਣਿਆ ਹੀ ਹੋਊਗਾ ਸੋਸ਼ਲ ਮੀਡੀਆ 'ਤੇ, ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਲਈ ਜੋ ਅੱਗ ਲਾਈ ਗਈ ਸੀ, ਉਸ ਅੱਗ ਦੇ ਨਾਲ ਕਈ ਬੇਜ਼ੁਬਾਨ ਜਾਨਵਰ ਸੀ ਅੱਗ ਦੇ ਵਿੱਚ ਝੁਲਸੇ ਗਏ, ਮਾਰੇ ਗਏ। ਇੱਕ ਛੋਟੀ ਜਿਹੀ ਬੱਚੀ ਝੁੰਗੀਆਂ ਝੋਪੜੀਆਂ ਵਾਲਿਆਂ ਦੀ, ਉਹਨਾਂ ਦਾ ਸਮਾਨ ਤਾਂ ਸੜੇ ਹੀ ਸੜਿਆ, ਇੱਕ ਛੋਟੀ ਜਿਹੀ ਬੱਚੀ ਵੀ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਈ। ਹਾਲਾਤ ਮਾੜੇ ਨਹੀਂ, ਇਨਸਾਨਾਂ ਦੇ ਅੰਦਰੋਂ ਜਿਗਰੇ ਹੀ ਮਾੜੇ ਹੋ ਗਏ। ਅਸੀਂ ਪਤਾ ਨਹੀਂ ਕਿਹੜੇ ਮਿੱਟੀ ਦੇ ਬਣ ਕੇ ਬੈਠ ਗਏ, ਇਨਸਾਨੀਅਤ ਹੀ ਖਤਮ ਹੋ ਗਈ ਸਾਡੇ 'ਚੋਂ। ਅਸੀਂ ਕਹਿੰਦੇ ਵੀ ਸਮਾਂ ਮਾੜਾ ਹੋਊਗਾ, ਸਮਾਂ ਤਾਂ ਆਪ ਹੀ ਮਾੜਾ ਹੋਊਗਾ ਜਦੋਂ ਸਾਡੇ ਵਿੱਚੋਂ ਦਇਆ, ਧਰਮ, ਸੰਤੋਖ, ਸਮ ਸਭ ਕੁਛ ਖੰਭ ਲਾ ਕੇ ਉੱਡ ਗਏ। ਅੱਜ ਇਨਸਾਨ ਕੁਝ ਅਜਿਹੇ ਹੋ ਗਏ, ਕਹਿਣ ਕਥਣ ਤੋਂ ਗੱਲਾਂ ਪਰੇ ਹੋ ਗਈਆਂ, ਕੁਝ ਚੀਜ਼ਾਂ ਇਹੋ ਜਿਹੀਆਂ ਬਣ ਚੁੱਕੀਆਂ ਨੇ, ਇਹੋ ਜਿਹੀਆਂ ਚੀਜ਼ਾਂ ਨਿਕਲ ਗਈਆਂ। ਸਭ ਤੋਂ ਵੱਡੀਆਂ ਇਹ ਚੀਜ਼ਾਂ ਨੇ ਜੋ ਮੈਂ ਇੱਥੇ ਗੱਲਾਂ ਕਰਨੀਆਂ ਨੇ, ਕਿਉਂਕਿ ਸਾਡੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਨਿਕਲ ਗਈਆਂ। ਪੰਜਾਬ ਦੇ ਵਿੱਚ ਸਭ ਤੋਂ ਵੱਧ ਬੇਈਮਾਨੀ ਕਾਬਜ ਹੈ ਅੱਜ। ਜੇ ਕਹਿੰਦੇ ਵੀ ਅੱਜ ਸਰਕਾਰ ਬਦਲ ਗਈ, ਸਰਕਾਰ ਨੂੰ ਲੋਕ ਮਾੜਾ ਕਹਿੰਦੇ, ਪਹਿਲੀਆਂ ਸਰਕਾਰਾਂ ਨੂੰ ਕਹਿੰਦੇ ਤੀ ਇਹਨੂੰ ਵੀ ਕਹੀ ਜਾਂਦੇ ਨੇ, ਹੋਰ ਕੋਈ ਆਊ ਤਾਂ ਉਹਨੂੰ ਵੀ ਕਹੀ ਜਾਣਗੇ। ਲੋਕਾਂ ਦੇ ਗੱਲਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੰਤ ਨਹੀਂ ਹੈ, ਲੋਕ ਹਰ ਆਪਣੇ ਹਿਸਾਬ ਨਾਲ ਚੱਲਦੇ ਨੇ। ਭਵਿੱਖਬਾਣੀ ਜੇ ਆਪਾਂ ਕਹੀਏ, ਆਉਣ ਵਾਲਾ ਸਮਾਂ ਇੱਕ ਭਵਿੱਖਬਾਣੀ ਹੋ ਹੈ, ਆਉਣ ਵਾਲਾ ਸਮਾਂ ਚੇਤਾਵਨੀ ਹੈ, ਚੇਤਾਵਨੀ ਵੀ ਬਹੁਤ ਸੁਧਰ ਜਾਓ, ਹਟ ਜਾਓ। ਇੱਕ ਮਾਲ ਵਿਭਾਗ ਨੇ ਬਹੁਤ ਵੱਡੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਇੰਨੇ ਕੁ ਮਾੜੇ ਸਮੇਂ ਦੇ ਵਿੱਚੋਂ ਗੁਜ਼ਰਨਾ, ਕਦੇ ਅੰਦਾਜ਼ਾ ਵੀ ਨਹੀਂ ਲਾਇਆ ਹੋ ਤੁਸੀਂ ਨੇ, ਕਦੇ ਵੀ ਅੰਦਾਜ਼ਾ ਨਹੀਂ ਲਾਇਆ ਹੋਊਗਾ ਤੁਸੀਂ। ਇੱਕ ਤੈਅ ਸੀ ਨਾ ਪਾਣੀ ਦੀ, ਬਜ਼ੁਰਗ ਦੱਸਦੇ ਨੇ ਪਾਣੀ ਇੰਨਾ ਉੱਚਾ ਸੀ ਕਿ ਟੋਆ ਪੁੱਟ ਕੇ ਵੀ ਪਾਣੀ ਪੀ ਲਿਆ ਕਰਦੇ ਸੀ, ਇੰਨਾ ਕੁ ਉੱਚਾ ਸੀ ਪਾਣੀ। ਬੋਰ ਵੀ ਬਹੁਤ ਜ਼ਿਆਦਾ ਘੱਟ ਡੂੰਘੇ 'ਚ ਹੀ ਹੋ ਜਾਂਦੇ ਸੀ, ਨਲਕੇ ਬਹੁਤ ਘੱਟ 'ਚ ਹੀ ਲੱਗ ਜਾਂਦੇ ਸੀ। ਪਰ ਅੱਜ ਇੱਕ ਤੈਅ ਪਾਣੀ ਦੀ ਖਤਮ ਹੋ ਗਈ, ਦੂਜੀ ਤੈਅ ਪਾਣੀ ਦੀ ਖਤਮ ਹੋਈ ਨੂੰ 10 ਤੋਂ 12 ਸਾਲ ਹੋ ਚੁੱਕੇ ਨੇ, ਦੂਜੀ ਤੈਅ ਵੀ ਪਾਣੀ ਦੀ ਖਤਮ ਹੋ ਚੁੱਕੀ ਹੈ। ਹੁਣ ਬਚੀ ਹੈ ਆਖਰੀ ਅਤੇ ਤੀਜੀ ਤੈਅ, ਉਹ ਲੈਵਲ ਜਿੰਨਾ ਕੁ ਪਾਣੀ ਦਾ,
ਅਤੇ ਮੰਨਣਾ ਇਹ ਹੈ ਕਿ ਆਉਣ ਵਾਲੇ 17 ਤੋਂ 20 ਸਾਲਾਂ ਦੇ ਵਿੱਚ ਅਸੀਂ ਉਹ ਤੀਜੀ ਪਰਤ ਪਾਣੀ ਦੀ ਖਤਮ ਕਰ ਲਾਂਗੇ। ਸਾਡੇ ਕੋਲ ਪੀਣ ਲਈ ਪਾਣੀ ਨਹੀਂ ਹੋਊਗਾ ਅਤੇ ਸਾਡੇ ਕੋਲ ਵਰਤਣ ਲਈ ਪਾਣੀ ਨਹੀਂ ਹੋਊਗਾ ਅਤੇ ਸਾਡੀਆਂ ਨਸਲਾਂ ਅਤੇ ਫਸਲਾਂ ਬਰਬਾਦ ਹੋ ਜਾਣਗੀਆਂ। ਇਹੋ ਜਿਹਾ ਮਾੜਾ ਸਮਾਂ ਆ ਰਿਹਾ। ਨਿਤਾ ਪ੍ਰਤੀ ਕੁਦਰਤ ਆਗਾਹ ਕਰਦੀ ਹੈ ਨਾ, ਆ ਤੁਸੀਂ ਸ਼ਾਇਦ ਨਾ ਵੇਖਿਆ ਹੋਵੇ ਪਰ ਇੱਕ ਟੈਕਨੋਲੋਜੀ ਚੱਲ ਪਈ ਜਿੱਥੇ ਕਿ ਪਾਣੀ ਵਿਕ ਰਿਹਾ ਬੋਤਲਾਂ ਦੇ ਵਿੱਚ ਫਿਲਟਰ ਕਰਕੇ, 30 ਰੁਪਏ ਦੀ 40 ਰੁਪਏ ਦੀ ਬੋਤਲ ਮਿਲਦੀ ਹੈ ਪਾਣੀ। ਕਹਿੰਦੇ ਵੀ ਪਾਣੀ ਪੀਣ ਯੋਗ ਨਹੀਂ ਰਿਹਾ, ਮੋਗੇ ਸਾਈਡ ਵਗ ਜੋ ਖਾਰਾ ਪਾਣੀ ਹੈ। ਖਾਰਾ ਪਾਣੀ ਕਿਉਂ? ਲੈਵਲ ਡਾਊਨ ਹੋ ਗਿਆ ਪਾਣੀ ਦਾ ਬਹੁਤ ਜ਼ਿਆਦਾ, ਪਤਾਲ 'ਚੋਂ ਪਾਣੀ ਖਤਮ ਹੋ ਚੁੱਕਿਆ ਅਤੇ ਪਾਣੀ ਵਿਕਣਾ ਸ਼ੁਰੂ ਹੋ ਗਿਆ। ਹੋਰ ਅਤੇ ਹੋਰ ਵਾਤਾਵਰਨ ਗੰਧਲਾ ਹੋ ਗਿਆ। ਅਸੀਂ ਦਰਖਤ ਵੱਢੇ, ਇੱਕ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਗੱਲ ਦੱਸੀ ਸੀ ਕਿ 2 ਬੰਦੇ 1 ਦਰਖਤ ਦੀ ਛਾਵੇਂ ਗੱਡੀ ਖੜਾਉਣ ਪਿੱਛੇ ਘਸੁੰਨਮਘਸੁੰਨੀ ਹੋ ਗਏ ਅਤੇ ਉਹ ਕਹਿੰਦਾ ਗੱਡੀ ਮੈਂ ਖੜਾਊਂ, ਉਹ ਕਹਿੰਦਾ ਮੈਂ ਖੜਾਊਂ। ਦੋਨਾਂ ਨੂੰ ਪੁੱਛਿਆ ਵੀ ਗੱਡੀ ਖੜਾਉਣ ਪਿੱਛੇ ਤਾਂ ਲੜਦੇ ਹੋ ਤੁਸੀਂ, ਆਪਣੀ ਜ਼ਿੰਦਗੀ 'ਚ ਦਰਖਤ ਕਿੰਨੇ ਕੁ ਲਾਏ ਨੇ? ਦੋਨਾਂ ਦੇ ਮੂੰਹ ਲਟਕ ਗਏ। ਜਵਾਬ ਸੀ ਨਾ, ਦਰਖਤਾਂ ਦੀ ਵੱਢ ਟੁੱਕ ਇੰਨੀ ਜ਼ਿਆਦਾ ਹੋ ਚੁੱਕੀ, ਅੱਜ ਕੁਦਰਤ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ, ਕੌਣ ਜ਼ਿੰਮੇਵਾਰ ਹੈ, ਕੌਣ ਭਰੂਗਾ? ਕੋਈ ਇਸ ਦੇ ਉੱਪਰ ਸੰਜੀਦਗੀ ਨਹੀਂ ਦਿਖਾ ਰਿਹਾ। ਹਵਾ ਖਤਮ ਹੁੰਦੀ ਜਾ ਰਹੀ ਹੈ। ਤੁਸੀਂ ਵੇਖਿਆ ਸੀ ਨਾ, ਆਕਸੀਜਨ ਦੀ ਸਭ ਤੋਂ ਵੱਡੀ ਦਿੱਕਤ ਆਈ ਸੀ, ਉਹ ਇੱਕ ਸਭ ਤੋਂ ਵੱਡੀ ਚੁਣੌਤੀ ਸੀ ਕਿ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰ ਦਿਓ, ਨਹੀਂ ਇਦੋਂ ਵੀ ਭੈੜੇ ਹਾਲਾਤ ਆ ਸਕਦੇ ਨੇ, ਤੁਸੀਂ ਇਸ ਤੋਂ ਜਾਣੂ ਨਹੀਂ ਹੋ। ਦੱਸਿਆ ਸੀ ਨਾ ਪਹਿਲਾਂ, ਮਤਲਬ ਆਗਾਹ ਕੀਤਾ ਗਿਆ, ਕਹਿਣ ਤੋਂ ਭਾਵ ਦੱਸਿਆ ਗਿਆ ਕਿ ਇੱਕ ਚੇਤਾਵਨੀ ਹੈ ਕੁਦਰਤ ਵੱਲੋਂ, ਕੁਦਰਤ ਚੇਤਾਵਨੀ ਦਿੰਦੀ ਹੈ। ਅੱਜ ਦਾ ਜੇ ਟੈਂਪਰੇਚਰ ਚੈੱਕ ਕਰ ਲਓ ਤੁਸੀਂ, ਹੁਣ ਦਾ 44 ਤੋਂ 46 ਤੱਕ ਟੈਂਪਰੇਚਰ ਹੋ ਜਾਂਦਾ। ਗਰਮੀ ਇੰਨੀ ਕਿਉਂ ਵੱਧ ਗਈ? ਦਰਖਤ ਨਹੀਂ ਲਾਏ, ਵੱਢ ਤਾਂ ਦਿੱਤੇ ਲਾਏ ਨਹੀਂ, ਦਰਖਤ ਤੇ ਚੀਰ ਕੇ ਰੱਖ ਦਿੱਤੇ, ਰੋਡੀਆਂ ਕਰ ਦਿੱਤੀਆਂ ਸੜਕਾਂ 'ਤੇ, ਅਸੀਂ ਆਪਣੇ ਘਰਾਂ ਦੇ ਮੂਹਰੋਂ ਦਰਖਤ ਪੱਟ ਦਿੱਤੇ, ਦਰਖਤ ਲਾਏ ਹੈ ਨਹੀਂ। ਮੰਨ ਲਿਆ ਵੀ 2 ਦਰਖਤ ਪੱਟ ਤੇ ਉਹਦੇ ਬਦਲੇ 1 ਲਾ ਤਾ, ਗੱਲ ਤਾਂ ਬਣ ਗਈ। ਮੰਨਿਆ ਜਾ ਰਿਹਾ ਕਿ 30 ਲੱਖ ਜੇ ਦਰਖਤ ਲੱਗੂਗਾ ਤਾਂ ਗਰਮੀ ਘਟੂਗੀ, ਟੈਂਪਰੇਚਰ ਘਟੂਗਾ, ਜੇ ਦਰਖਤ ਨਾ ਲੱਗੇ ਤਾਂ ਹਾਲਾਤ ਇਦੋਂ ਵੀ ਭੈੜੇ ਆਉਣਗੇ। ਤੁਸੀਂ ਇੱਕ ਚੀਜ਼ ਵੇਖ ਲਿਓ, ਹਿਮਾਲਿਆ ਪਰਬਤ ਤੋਂ 250 ml ਦੀ ਇੱਕ ਸ਼ੀਸ਼ੀ ਦੇ ਵਿੱਚ ਹਵਾ ਭਰ ਕੇ ਨਾ ਆਕਸੀਜਨ ਮਾਸਕ ਉਹਦੇ 'ਤੇ ਲਾ ਕੇ ਸਾਨੂੰ ਵੇਚੀ ਜਾ ਰਹੀ ਹੈ। ਸ਼ਾਇਦ ਆਪਣੇ ਨਾਂ ਹੀ ਹੋਵੇ ਪਰ ਬਹੁਤੀਆਂ ਜ਼ਿਆਦਾ ਥਾਵਾਂ 'ਤੇ ਉਹ ਵਿਕਣੀ ਸ਼ੁਰੂ ਹੋ ਗਈ ਹੈ, ਜਿਸ ਦੀ ਕੀਮਤ ਰੱਖੀ ਗਈ ਹੈ 300 ਰੁਪਈਆ, 450 ਰੁਪਈਆ। ਹਿਮਾਲਿਆ ਦੇ ਪਰਬਤਾਂ ਤੋਂ ਉਹਦੇ ਵਿੱਚ ਭਰੀ ਗਈ ਹੈ ਜਿਹੜੀ ਹਵਾ, ਉਹ ਬੰਦੇ ਨੂੰ ਆਕਸੀਜਨ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਅੱਜ ਹਵਾ ਵੀ ਵਿਕਣ ਲੱਗ ਪਈ ਪ੍ਰਦੂਸ਼ਣ ਸੀ ਜਿਹੜਾ, ਉਹਦੇ ਕਰਕੇ, ਦਰਖਤ ਨਾ ਰਹਿਣ ਕਰਕੇ ਬੰਦੇ ਦਾ ਵਾਤਾਵਰਨ ਵਿਗੜ ਗਿਆ, ਸੈਟਿੰਗ ਵਿਗੜ ਗਈ ਸਾਰੀ। ਅਤੇ ਇਹਨਾਂ ਹਾਲਾਤਾਂ ਵਿੱਚ ਅੱਜ ਬੰਦਾ ਆ ਗਿਆ ਕਿ ਬੰਦੇ ਦੀ ਆਕਸੀਜਨ ਲੈਵਲ ਵੀ ਘੱਟ ਗਿਆ ਅਤੇ ਉਹ ਵੀ ਮੁੱਲ ਵਿਕਣ ਲੱਗ ਗਿਆ। ਸਾਹ ਲੈਣ ਵਾਲੀ ਹਵਾ, ਸਾਹ ਵੀ ਕੈਦ ਕਰਕੇ ਇੱਕ ਬੋਤਲ ਦੇ ਵਿੱਚ ਵੇਚੇ ਜਾ ਰਹੇ ਨੇ। ਕਾਰਨ ਕੀ? ਗਲਤੀਆਂ ਸਿਰਫ ਮਨੁੱਖ ਦੀਆਂ ਨੇ, ਇੰਨੀਆਂ ਗਲਤੀਆਂ। ਕੁਦਰਤ ਇੰਨੀ ਕੁ ਜ਼ਿਆਦਾ ਪਰੇਸ਼ਾਨ ਹੋ ਗਈ ਹੈ ਉਹਨਾਂ ਬੰਦਿਆਂ ਤੋਂ ਜਿਨ੍ਹਾਂ ਨੇ ਕੁਦਰਤ ਦੀ ਸਾਰ ਨਹੀਂ ਕੀਤੀ। ਅੱਜ ਜੋ ਸਮਾਂ ਦੇਖ ਰਹੇ ਹਾਂ, ਦਿਨ ਪਰ ਦਿਨ ਘੰਟੇ ਘੰਟੇ ਪ੍ਰਤੀ ਸਮਾਂ ਬਦਲ ਰਿਹਾ। 2023 ਤੋਂ ਇਦੋਂ ਵੀ ਮਾੜਾ ਸਮਾਂ ਹੋਊਗਾ। ਆਪਣੇ ਕੋਲ ਗੱਲਾਂ ਹੋਣਗੀਆਂ ਵੀ 2022 ਦੇ ਵਿੱਚ ਚੰਗਾ ਸਮਾਂ ਸੀ,
ਅੱਜ ਕਿੰਨਾ ਮਾੜਾ ਸਮਾਂ 2024 'ਚ, ਉਦੋਂ ਵੀ ਹਾਲਾਤ ਵਿਗੜ ਜਾਣਗੇ। ਅੱਜ ਜਿੱਥੇ ਮਹਿੰਗਾਈ ਨੇ ਮਾਰ ਦਿੱਤੀ ਹੈ ਨਾ ਬੰਦੇ ਨੂੰ, ਉੱਥੇ ਸਭ ਤੋਂ ਵੱਡੀ ਮਾਰ ਕੁਦਰਤ ਵੱਲੋਂ ਵੀ ਮਿਲ ਰਹੀ ਹੈ, ਇਹ ਗੱਲ ਨਾ ਭੁੱਲਿਓ। ਕੁਦਰਤ ਵੱਲੋਂ ਵੀ ਸਭ ਆਹ, ਹੁਣ ਤੁਸੀਂ ਜਿਹੜੇ ਕਿਸਾਨ ਵੀਰ ਨੇ ਉਹ ਕਣਕਾਂ ਵੱਢ ਕੇ ਹਟੇ ਨੇ, ਕਣਕਾਂ ਦਾ ਝਾੜ ਐਤਕੀ ਸਭ ਤੋਂ ਘੱਟ ਨਿਕਲਿਆ, ਇੱਕ ਕਿੱਲੇ ਦੇ ਵਿੱਚੋਂ ਬਹੁਤ ਜ਼ਿਆਦਾ ਘੱਟ ਮਾਰਜਨ ਦੇ ਵਿੱਚੋਂ ਝਾੜ ਨਿਕਲਿਆ। ਕਾਰਨ ਕੀ ਆ ਉਹਦਾ? ਉਹਦਾ ਕਾਰਨ ਕੀ ਆ? ਕੁਦਰਤ ਨਾਲ ਛੇੜਛਾੜ। ਕਈ ਲੋਕ ਮੰਨ ਨਹੀਂ ਰਹੇ, ਕਈ ਲੋਕ ਕਹਿੰਦੇ ਨੇ ਉਹ ਮੀਂਹ ਪੈ ਗਿਆ ਜੀ, ਬੇਮੌਸਮਾਂ ਮੀਂਹ ਪੈਣ ਦੇ ਨਾਲ ਇਹ ਹੋ ਗਿਆ ਜੀ, ਇਹ ਹੋ ਗਿਆ, ਆਹ ਹੋ ਗਿਆ, ਪਰ ਅਸਲ ਦੇ ਵਿੱਚ ਇਹ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਜੋ ਸਾਡੇ ਸਾਹਮਣੇ ਆਇਆ। ਦਰਅਸਲ ਅੱਜ ਝਾੜ ਘੱਟ ਨਿਕਲਿਆ, ਉਹ ਦਿਨ ਵੀ ਦੂਰ ਨਹੀਂ ਜਦੋਂ ਫਸਲਾਂ ਬਰਬਾਦ ਹੋ ਜਾਣਗੀਆਂ ਅਤੇ ਅਸੀਂ ਬਹਿ ਕੇ ਵੇਖਾਂਗੇ। ਹੁਣ ਪਤਾ ਸਲਿਊਸ਼ਨ ਕੀ ਲੱਭਦੇ ਨੇ? ਕੁਦਰਤ ਦੇ ਵਿੱਚ ਸਾਥ ਦਿਓ, ਕੁਦਰਤ ਨੂੰ ਆਪਣਾ ਸਹਿਯੋਗ ਦਿਓ ਤਾਂ ਬਚੋਗੇ। ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਆਪਣੇ ਕੋਲ ਹੈ, ਅਤੇ ਈਰਖਾ, ਵੈਰ, ਵਿਰੋਧ, ਇਨਸਾਨੀਅਤ ਦੇ ਦੁਸ਼ਮਣ ਬਣਨਾ ਬੰਦ ਕਰੀਏ, ਹਾਲਾਤ ਤਾਂ ਸੁਧਰਨਗੇ। ਅਸੀਂ ਨਸ਼ੇ ਕਰਨੇ ਬੰਦ ਕਰੀਏ ਤਾਂ ਕਰਕੇ ਸਾਡੀਆਂ ਨਸਲਾਂ ਅਤੇ ਫਸਲਾਂ ਬਚ ਪਾਉਣਗੀਆਂ, ਨਹੀਂ ਫਿਰ ਹਾਲਾਤ ਇਦੋਂ ਵੀ ਮਾੜੇ ਨੇ। ਤਿਆਰ ਰਹੋ ਫਿਰ ਉਹ ਹਾਲਾਤਾਂ ਨਾਲ ਲੜਨ ਦੇ ਲਈ, ਤੁਹਾਡੇ ਕੋਲ ਸਮਰੱਥਾ ਨਹੀਂ ਹੋਣੀ ਅਤੇ ਤੁਹਾਡੇ ਦੇ ਉੱਪਰ ਆ ਕੇ ਸਮੇਂ ਦੀ ਮਾਰ ਇਹੋ ਜਿਹੀ ਪੈਣੀ ਹੈ ਕਿ ਆਪਾਂ ਤਰਸਾਂਗੇ। ਜਿਹੜੇ ਬਾਹਰ ਚਲੇ ਗਏ ਉਹ ਨਹੀਂ ਵਾਪਸ ਮੁੜ ਕੇ ਆਉਣਗੇ, ਜਿਹੜੇ ਇੱਥੇ ਰਹਿ ਗਏ ਉਹ ਸਮੇਂ ਦੀ ਕਰੋਪੀ ਅਤੇ ਇਹੋ ਜਿਹੀ ਕੁਦਰਤ ਦੀ ਮਾਰ ਦੇ ਹੇਠ ਆਉਣਗੇ। ਉਹਨਾਂ ਨੇ ਵੈਸੇ ਵੀ ਜਿਉਂਦੇ ਨਹੀਂ ਰਹਿਣਾ। ਜਿਹੜਾ ਮੰਨਿਆ ਜਾਂਦਾ ਸੀ ਪੰਜਾਬ ਸਿਉਣੇ ਦੀ ਚਿੜੀ, ਇਹ ਪੰਜਾਬ ਸਿਉਣੇ ਦੀ ਚਿੜੀ, ਇਹ ਚਿੜੀ ਦੇ ਖੰਭ ਇਹੋ ਜਿਹੇ ਪੱਟੇ ਜਾਣਗੇ ਕਿ ਅਸੀਂ ਦੁਬਾਰਾ ਤਾਪ ਨਹੀਂ ਆਵਾਂਗੇ। ਜਿਹੋ ਜਿਹੇ ਹਾਲਾਤ ਸਾਡੇ ਉੱਪਰ ਹੋ ਕੇ ਗੁਜ਼ਰਨੇ, ਕਿ ਕਦੇ ਅਨੁਮਾਨ ਲਾ ਲਿਓ, ਕਦੇ ਹਿਸਾਬ ਲਾ ਲਿਓ। ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ, ਸਮਝਦਾਰੀ ਦੀ ਜ਼ਰੂਰਤ ਹੈ। ਅੱਜ ਜੇ ਸਮਝਦਾਰੀ ਵਰਤਾਂਗੇ ਤਾਂ ਆਉਣ ਵਾਲਾ ਕੱਲ੍ਹ ਸਾਡੇ ਲਈ ਚੰਗਾ ਹੋਊਗਾ, ਜੇ ਅੱਜ ਬੇਵਕੂਫੀਆਂ ਕਰਾਂਗੇ ਤਾਂ ਅੱਜ ਵਾਲਾ ਕੱਲ੍ਹ ਵੀ ਅਸੀਂ ਖਰਾਬ ਕਰ ਬੈਠਾਂਗੇ। ਕੁਝ ਨਹੀਂ ਹੋਣਾ, ਸਮਝਦਾਰੀ ਵਰਤੋ, ਚੰਗੇ ਇਨਸਾਨ ਬਣੋ, ਇਨਸਾਨੀਅਤ ਨੂੰ ਲੈ ਕੇ ਆਓ ਆਪਣੇ ਮਨ ਵਿੱਚ। ਧਰਮੀ ਬਣੋ, ਅਧਰਮੀ ਨਾ ਬਣੋ, ਅਧਰਮੀ ਬਣਨ 'ਤੇ ਰੋਕ ਲਾਓ, ਧਰਮੀ ਬਣਨ 'ਤੇ ਆਪਣੇ ਆਪ ਨੂੰ ਅਵੇਅਰ ਕਰੋ, ਅਤੇ ਸਾਰੇ ਪਾਸੇ ਇੱਕ ਚੰਗਾ ਸੁਨੇਹਾ ਮੈਸੇਜ ਦਿਓ। ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਕੇ ਆਪਾਂ ਕੇਵਲ ਸੱਚੇ ਇਨਸਾਨ, ਚੰਗੇ ਇਨਸਾਨ ਬਣੀਏ। ਇਹੋ ਜਿਹਾ ਸੁਨੇਹਾ ਅੱਜ ਦੇਣ ਦੀ ਲੋੜ ਹੈ, ਤਾਂ ਕਿਤੇ ਜਾ ਕੇ ਹਾਲਾਤ ਸੁਧਰ ਸਕਦੇ ਨੇ। ਪਾਣੀ ਦੀ ਵਰਤੋਂ ਦੇਖ ਕੇ ਕਰੀਏ, ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੀ ਕੋਸ਼ਿਸ਼ ਕਰੀਏ। ਇਹੋ ਜਿਹੇ ਉਪਰਾਲੇ ਵਿੱਢਣੇ ਪੈਣਗੇ ਤਾਂ ਕਿਤੇ ਪੰਜਾਬ ਪੰਜਾਬ ਰਹਿ ਸਕਦਾ, ਨਹੀਂ ਫਿਰ ਪੰਜਾਬ ਪੰਜਾਬ ਨਹੀਂ ਰਹੂਗਾ ਅਤੇ ਅਸੀਂ ਕਿੱਥੇ ਜਾਵਾਂਗੇ। ਇਹ ਗੱਲ ਸੋਚ ਕੇ ਦੇਖ ਲਿਓ, ਸਾਨੂੰ ਇਸ ਚੀਜ਼ ਦੇ ਬਾਰੇ ਸੋਚਣ ਦੇ ਲਈ ਮਜਬੂਰ ਹੋਣਾ ਪੈਣਾ ਹੈ, ਸੋਚ ਲਿਓ। ਸਾਰਿਆਂ ਦਾ ਧੰਨਵਾਦ, ਵੀਡੀਓ ਨੂੰ ਸ਼ੇਅਰ ਕਰਿਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।